ਭਾਰਤ ਚੀਨ ਸਰਹੱਦ ਤੇ ਗਲਵਾਨ ਘਾਟੀ ਵਿੱਚ ਨਿਹੱਥੇ ਭਾਰਤੀ ਫੌਜੀਆਂ ਦੀ ਕਤਲੋਗਾਰਤ ਦਰਮਿਆਨ ਇੱਕ ਸਿੱਖ ਫੌਜੀ ਜਵਾਨ ਅਜਿਹਾ ਵੀ ਸੀ ਜਿਸ ਨੇ ਗੁਰੂ ਸਾਹਿਬ ਵੱਲੋਂ ਬਖਸ਼ੀ ਕਿਰਪਾਨ ਨਾਲ ਨਾ ਸਿਰਫ ਆਪਣੀ ਜਾਨ ਬਚਾਈ ਬਲਕਿ ਹਮਲਾਵਰ ਚੀਨੀ ਫੌਜੀਆਂ ਦਾ ਡਟ ਕੇ ਮੁਕਾਬਲਾ ਕੀਤਾ, ਕਈਆਂ ਨੂੰ ਜ਼ਖਮੀ ਵੀ ਕੀਤਾ। ਉਹ ਖੁਦ ਮੰਨਦੇ ਹਨ ਕਿ ਜੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਸ੍ਰੀ ਸਾਹਿਬ ਉਹਨਾਂ ਦੇ ਅੰਗ ਸੰਗ ਨਾ ਹੁੰਦੀ ਤਾਂ ਸ਼ਹੀਦਾਂ ਦੀ ਲਿਸਟ ਵਿੱਚ ਇੱਕ ਹੋਰ ਨਾਮ ਹੋਣਾ ਸੀ। ਇਹ ਅੰਮ੍ਰਿਤਧਾਰੀ ਸਿੱਖ ਫੌਜੀ ਜਵਾਨ ਹੈ ਸਰਦਾਰ ਸੁਰਿੰਦਰ ਸਿੰਘ। ਇਸ ਮੁੱਠਭੇੜ ਵਿੱਚ ਜ਼ਖਮੀ ਹੋਏ ਸਿੱਖ ਫੌਜੀ ਜਵਾਨ ਸੁਰਿੰਦਰ ਸਿੰਘ ਨੇ ਰੂਹ ਝੰਜੋੜ ਦੇਣ ਵਾਲੇ ਖੁਲਾਸੇ ਕੀਤੇ ਹਨ ਕਿ ਕਿਵੇਂ 5 ਘੰਟੇ ਤੱਕ ਇਹ ਖੂਨੀ ਸੰਘਰਸ਼ ਚੱਲਦਾ ਰਿਹਾ ਸੀ। ਰਾਜਸਥਾਨ ਦੇ ਅਲਵਰ ਨਾਲ ਸੰਬੰਧਿਤ ਸਿੱਖ ਫੌਜੀ ਜਵਾਨ ਹੁਣ ਜ਼ਖਮੀ ਹਾਲਤ ਵਿੱਚ ਲੱਦਾਖ ਹਸਪਤਾਲ ਵਿੱਚ ਜੇਰੇ ਇਲਾਜ ਹੈ, ਪਰ ਆਪਣੇ ਘਰ ਫੋਨ ਕਰ ਆਪਣੇ ਸਿਹਤਯਾਬ ਹੋਣ ਦੀ ਖਬਰ ਸੁਣਾਉਣ ਸਮੇਤ ਉਸਨੇ ਉਸ ਦਿਨ ਦੀ ਪੂਰੀ ਆਪ ਬੀਤੀ ਪਰਿਵਾਰ ਨੂੰ ਦੱਸੀ ਹੈ ਕਿ ਉੱਥੇ ਕੀ ਵਾਪਰਿਆ ਸੀ। ਆਰਟਿਲਰੀ 3 ਮੀਡੀਕਮ ਚ ਬਤੌਰ ਹੌਲਦਾਰ ਤੈਨਾਤ ਸੁਰਿੰਦਰ ਸਿੰਘ ਦੀ ਤਣਾਅ ਦੇ ਚੱਲਦਿਆਂ ਲੱਦਾਖ ਚ ਪੋਸਟਿੰਗ ਹੋਈ ਸੀ। ਪਰਿਵਾਰ ਦੇ ਨਾਲ ਫੋਨ ਤੇ ਹੋਈ ਗੱਲਬਾਤ ਵਿੱਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਿਨ ਉਹ ਸਭ ਨਿਹੱਥੇ ਸਨ, ਪਰ ਅਚਾਨਕ ਚੀਨੀ ਫੌਜੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਅੰਮ੍ਰਿਤਧਾਰੀ ਹੋਣ ਕਰਕੇ ਧਾਰਨ ਕੀਤੀ ਕਿਰਪਾਨ ਨਾਲ ਸੁਰਿੰਦਰ ਸਿੰਘ ਨੇ ਖੁਦ ਦੀ ਹਿਫਾਜ਼ਤ ਕੀਤੀ ਅਤੇ ਨਾਲ ਹੀ ਹਮਲਾਵਰ ਚੀਨੀ ਫੌਜੀਆਂ ਦਾ ਡਟ ਕੇ ਟਾਕਰਾ ਕੀਤਾ ਅਤੇ ਇਸ ਦੌਰਾਨ ਕੁਝ ਚੀਨੀ ਫੌਜੀ ਉਹਨਾਂ ਦੀ ਕਿਰਪਾਨ ਦੇ ਵਾਰ ਨਾਲ ਜ਼ਖਮੀ ਵੀ ਹੋਏ। ਗਲਵਾਨ ਘਾਟੀ ਵਿੱਚ ਨਦੀ ਕਿਨਾਰੇ ਇਹ ਸੰਘਰਸ਼ ਕਰੀਬ 5 ਘੰਟੇ ਚੱਲਿਆ। ਭਾਰਤੀ ਫੌਜੀ 200 ਤੋਂ 250 ਦੀ ਗਿਣਤੀ ਵਿੱਚ ਸਨ, ਜਦਕਿ ਚੀਨੀ ਫੌਜੀਆਂ ਦੀ ਗਿਣਤੀ ਹਜ਼ਾਰਾਂ ਵਿੱਚ ਸੀ। ਪਰ ਬਾਵਜੂਦ ਇਸ ਦੇ ਉਹਨਾਂ ਨੇ ਕਿਰਪਾਨ ਨਾਲ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ। ਉਹ 5 ਫੁੱਟ ਡੂੰਘੇ ਪਾਣੀ ਵਿੱਚ ਖੜ ਕੇ ਲੜਦੇ ਰਹੇ, ਪਰ ਇਸ ਦੌਰਾਨ ਉਹਨਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜੀਆਂ ਅਤੇ 12 ਘੰਟੇ ਬਾਅਦ ਹੋਸ਼ ਆਈ। ਹੁਣ ਉਹ ਬਿਲਕੁਲ ਤੰਦਰੁਸਤ ਹਨ। ਮੈਂ ਕਹਾਂ ਲੈ ਕੇ ਆਸ ਪਾਸ ਹੋ ਗਈ ਬੰਦਾ, ਫਿਰ ਠੀਕ ਹੈ, ਬੰਦਾ ਠੀਕ ਠਾਕ ਹੋ, ਚੋਟ ਆਈ ਘਣੀ ਬਸ ਠੀਕ ਹੋ, ਇਲਾਜ ਚੱਲ ਰਿਹਾ ਮੈਂ ਨੂੰ ਤਾਂ ਘਣਾ ਹੀ ਵਾ ਤੂੰ ਹਮ 300-400 ਆਦਮੀ ਥੇ ਉਹ 2000-2500 ਦਾ ਉਹ ਜ਼ਿਆਦਾ ਜਿਹੜਾ ਮੈਂ ਆ ਗਿਆ ਅਚਾਨਕ ਆਇਆ ਪਤਾ ਨਹੀਂ ਖੁਲਦਾ ਉਹਨੇ ਕੇ ਪਾਸ ਤੋਂ ਰਾਡ ਥੀ ਡੰਡੇ ਪੱਥਰ ਚਲਾਏ ਉਹਨੇ ਹਮਾਰੇ ਪਾਸ ਕੁਛ ਥਾ ਖਾਲੀ ਥੇ ਜਦ ਵੀ ਖੂਬ ਇੰਨੇ ਜਵਾਬ ਥਾਪਾਈ ਕਰੀ ਝਗੜਾ ਹੋਗਾ ਕਿ ਬਚ ਕੇ ਆਇਆ ਕਹਿ ਭਗਵਾਨ ਬਚਾ ਲਿਆ। ਸਿਰ ਪੇ ਟਾਕ ਆਇਆ 10-12 ਟਾਕ ਸਿਰ ਪੇ ਆਇਆ, ਹੱਥ ਪਾਉਣ ਮੈਂ ਲੱਗੀ ਜਗ੍ਹਾ ਜਾ ਔਰ ਮਾਲਕ ਪਤਾ ਤੋ ਹਮ ਤੋ ਯਹਾਂ ਬੈਠੇ ਹੈ ਵੋ ਫੋਨ ਪੂਰੀ ਬਾਰ ਬਤਾਤਾ ਨਹੀਂ ਫੋਨ ਪੇ ਜੋ ਆਇਆ ਮੈਂ ਬਤਾ ਦਿਆ। ਐਸੀ ਬਾਤ ਹੋਈ ਬਈ ਜੈਸੇ 2-3 ਜਣੇ ਇਕੱਠੇ ਜਪਟ ਪੜੇ ਤੋ 2 ਜਣੇ ਕੋ ਤੋ ਮਤਲਬ ਇਹ ਬੋਲ ਰਹੇ ਹੈ ਵੀ ਮੈਨੇ ਬਈ जैसे घायल किया महाराज जैसे भी हुआ वहाँ का माहौल था। बाकी अगर उनके पास ये हमारे गुरु की जो होती है दाद दी हुई हमको श्री साहब अगर नहीं होता तो यही बोल रहे थे अभी हाल फिलहाल वो मेरे को मार ही देती। हाँ जी, कितने लोगों पर उन्होंने काबू पाया उस समय? 3-4 लोग बता रहे हैं भैया। इन लोगों के पास कोई हथियार नहीं था उस समय? ये नेते थे जमा, मतलब उनके पास कुछ नहीं था। ये तो ये मतलब था बातचीत का माहौल था, बातचीत से भी मसला कम मतलब कर देंगे, पर वो हथियार के साथ आए थे। ਅਸਲ 'ਚ ਗਲਵਾਨ ਘਾਟੀ ਵਿੱਚ ਚੀਨੀ ਫੌਜੀਆਂ ਵੱਲੋਂ ਨਿਹੱਥੇ ਭਾਰਤੀ ਫੌਜੀਆਂ ਦੇ ਕੀਤੇ ਇਸ ਹਮਲੇ ਵਿੱਚ 20 ਫੌਜੀ ਜਵਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ ਕਰਨਲ ਰੈਂਕ ਦਾ ਅਫਸਰ ਵੀ ਸੀ। ਸ਼ਹੀਦ ਫੌਜੀਆਂ ਤੋਂ 4 ਜਵਾਨ ਪੰਜਾਬ ਦੇ ਸਨ, ਪਰ ਇਸ ਦਰਮਿਆਨ ਸੁਰਿੰਦਰ ਸਿੰਘ ਵਰਗੇ ਸਿੱਖ ਫੌਜੀ ਜਵਾਨ ਨੇ ਬਹਾਦਰੀ ਅਤੇ ਸੂਰ ਬੀਰਤਾ ਦਾ ਜੋ ਸਬੂਤ ਦਿੱਤਾ ਹੈ ਉਸ ਨੂੰ ਹਰ ਕੋਈ ਯਾਦ ਕਰ ਰਿਹਾ ਹੈ। ਸਾਰੇ ਫੌਜੀ ਜਵਾਨ ਨਿਹੱਥੇ ਸਨ, ਪਰ ਗੁਰੂ ਸਾਹਿਬ ਵੱਲੋਂ ਬਖਸ਼ੀ ਕਿਰਪਾਨ ਨੇ ਸੁਰਿੰਦਰ ਸਿੰਘ ਦੀ ਜਾਨ ਬਚਾਈ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।